ਕਿ ਮੈਂ ਕਹਿੰਦਾ ਕਿ ਇਹ ਜਿਹੜੀ ਅਸਾਈਤ ਹੈ ਇਹ ਜੜਾਂ ਕੱਟਦੀ ਆ ਇਹ ਜੜਾਂ بچਾਓ ਉਹ ਪੇੜ ਉੱਪਰੋਂ ਹਰਾ ਲੱਗੇਗਾ ਲੇਕਿਨ ਨੀਚੇ ਜੜਾਂ ਜਦੋਂ ਹੋਈਆਂ ਕੱਟੀਆਂ ਗਈਆਂ ਇੱਕੇਦਮ ਪੇੜ ਸੁੱਕੇਗਾ ਦੁਬਾਰਾ ਹਰਾ ਨਹੀਂ ਹੋਵੇਗਾ ਇਹਦੀ ਉਦਾਹਰਣ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ ਆ ਜੋ ਉਹਨਾਂ ਦਾ ਕਿਤੇ ਨਾਮ ਨੂੰ ਮੂਜ ਨਹੀਂ ਕਿਉਂਕਿ ਉਹਨਾਂ ਦੇ ਬੇਟੇ ਨੂੰ ਸਭ ਤੋਂ ਪਹਿਲਾਂ ਅਸਾਈ ਬਣਾਇਆ ਗਿਆ ਸੀਗਾ ਜਿਹੜਾ ਗੁਰੂ ਸਾਹਿਬ ਦਾ ਪੂਰਾ ਸੁਪਨਾ ਸੀਗਾ ਕਿ ਪੂਰੇ ਹਿੰਦੁਸਤਾਨ ਨੂੰ ਸਿੱਖੀ ਦਾ ਜਗਤ ਬਣਾਉਣਾ ਹੈ ਕਿਉਂਕਿ ਸਕਲ ਜਗਤ ਵਿੱਚ ਖਾਲਸਾ ਪੰਥ ਗਾਜੀ ਇਹ ਉਹਨਾਂ ਦਾ ਸੁਪਨਾ ਸੀ ਤੇ ਅਸੀਂ ਤਾਂ ਪੰਜਾਬ ਦੇ ਵਿੱਚੋਂ ਵੀ ਸਿੱਖੀ ਖਤਮ ਕਰ ਰਹੇ ਹਾਂ ਮੈਂ ਕਈ ਐਸੇ ਸੰਤਾਂ ਮਹਾਪੁਰਸ਼ਾਂ ਨੂੰ ਜਿਹੜੇ ਬੜੇ ਕਥਾਵਾਚਕ ਉਹਨਾਂ ਨੂੰ ਮਿਲਿਆ ਨਹੀਂ ਯਾਰ ਕਹਿੰਦੇ ਅਸੀਂ ਨਹੀਂ ਬੋਲ ਸਕਦੇ ਸਾਨੂੰ ਬਾਹਰੋਂ ਵੀਜ਼ਾ ਨਹੀਂ ਮਿਲਣਾ ਸਾਨੂੰ ਡਾਲਰ ਨਹੀਂ ਮਿਲਣੇ ਨਾ ਕਿਦੇ ਧਰਮ ਦੇ ਨਾਲੋਂ ਜਿਹੜਾ ਉਹਨਾਂ ਦੇ ਨਿੱਜੀ ਹਿੱਤ ਜਿਹੜੇ ਆ ਜਿਹੜੇ ਪ੍ਰਚਾਰ ਕਾਢੇ ਉਹਨਾਂ ਦੇ ਉਹ ਭਾਰੂ ਕੰਦੇ ਨਜ਼ਰ ਆਉਂਦੇ ਰਹੇ। ਫਿਰ ਅਸੀਂ ਆਪਣੇ ਤੌਰ ਤੇ ਹੀ ਮੈਂ ਉਹ ਆਰਐਸਐਸ ਨਾਲ ਜੁੜ ਕੇ ਅਧਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਵੀ ਆਹ ਹੋ ਰਿਹਾ ਤਾਂ ਪਿੰਡਾਂ ਦੇ ਵਿੱਚੋਂ ਸਾਨੂੰ ਨੌਜਵਾਨਾਂ ਤੋਂ ਬਹੁਤ ਵੱਡਾ ਹੰਗਾਰਾ ਮਿਲਿਆ। ਤਾਂ ਸਭ ਤੋਂ ਪਹਿਲਾਂ ਸਾਡੇ ਇੱਥੇ ਰਾਮਪੁਰਾ ਵਿਖੇ ਦੁਸ਼ਹਿਰੇ ਵਾਲੇ ਦਿਨ ਭਗਵਾਨ ਸ਼੍ਰੀ ਰਾਮ ਜੀ ਦਾ ਤੇ ਹਰਮਾਨ ਜੀ ਦੇ ਪੁਤਲੇ ਬਣਾ ਕੇ ਉਹ ਜਲਾਏ ਗਏ ਉਸਾਈਆਂ ਬੰਦੇ। ਉਹ ਉਸਾਈ ਕੌਣ ਸੀ ਜੇ ਸਾਡੇ ਹੀ ਭਰਾ ਸਾਡੇ ਹੀ ਸਮਾਜ ਦੇ ਜਿਹਨੂੰ ਕਨਵਰਟ ਕਰ ਦਿੱਤਾ ਗਿਆ। ਐਚਐਸਐਨ ਦੇ ਦਰਸ਼ਕਾਂ ਦਾ ਇੱਕ ਨਵੇਂ ਐਪੀਸੋਡ ਵਿੱਚ ਫਿਰ ਹਾਰਦਿਕ ਸਵਾਗਤ ਅੱਜ ਦਾ ਸਾਡਾ ਐਪੀਸੋਡ ਕੁਝ ਵਿਸ਼ੇਸ਼ ਰਹਿਣ ਵਾਲਾ ਹੈ ਇਹ ਚੱਲਦੇ ਚੱਲਦੇ ਪ੍ਰੋਗਰਾਮ ਅਸੀਂ ਇਸ ਨੂੰ ਕਹਿ ਸਕਦੇ ਹਾਂ ਮੁੱਦਾ ਸਾਡਾ ਉਹੀ ਹੈ ਜਿਹੜਾ ਸਾਡੇ ਸਮਾਜ ਦਾ ਸਭ ਤੋਂ ਭਖਵਾ ਮੁੱਦਾ ਹੈ ਕਨਵਰਸ਼ਨ ਦਾ ਧਰਮ ਤਬਦੀਲੀ ਬੜੇ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਕਿ ਹੁਣ ਤਾਂ ਸਿੱਖ ਪੰਥ ਦੀ ਜਿਹੜੀ ਸਰਮੌਰ ਹਸਤੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਬਿਆਨ ਆ ਗਿਆ ਹੈ ਕਿ ਕਨਵਰਸ਼ਨ ਇਹਨੇ ਜੋਰ ਨਾਲ ਚੱਲ ਰਹੀ ਹੈ ਉਹਦਾ ਮੁਕਾਬਲਾ ਕਰਨ ਵਾਸਤੇ ਸਿੱਖ ਪੰਥ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹਨੂੰ ਹੋਰ ਤੇਜ਼ੀ ਦੇਣ ਵਾਸਤੇ ਵਿਸ਼ੇਸ਼ ਮਹਮ ਸ਼ੁਰੂ ਕਰਵਾਈ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨੇ ਜੋਰ-ਸ਼ੋਰ ਨਾਲ ਕੰਮ ਚੱਲ ਰਿਹਾ ਹੈ 150 ਟੀਮਾਂ ਬਣਾਈਆਂ ਗਈਆਂ ਨੇ ਵਿਸ਼ੇਸ਼ ਟੀਮਾਂ ਜਿਹੜੀਆਂ ਕਿ ਫੀਲਡ ਵਿੱਚ ਕੰਮ ਕਰ ਰਹੀਆਂ ਨੇ ਔਰ ਉਹਨਾਂ ਦੇ ਨਾਲ ਅਸੀਂ ਤੁਹਾਡੀ ਇੰਟਰਵਿਊਜ਼ ਦਾ ਜਿਹੜਾ ਸਿਲਸਲਾ ਉਹ ਚੱਲ ਰਿਹਾ ਸਾਡਾ ਲਗਾਤਾਰ ਉਹਦੇ ਕੜੀ ਦੇ ਤਹਿਤ ਅਸੀਂ ਅੱਜ ਬਠਿੰਡੇ ਦੇ ਵਿੱਚ ਆ ਬੜੀ ਪ੍ਰੋਮਿਨੈਂਟ ਹਸਤੀ ਹੈ ਸਰਦਾਰ ਸੁਖਪਾਲ ਸਿੰਘ ਜੀ ਸਰਾਹ ਸਾਡੇ ਨਾਲ ਨੇ ਔਰ ਇਹਨਾਂ ਦਾ ਤੌਰਫ ਕਰਾ ਦਈਏ ਵੈਸੇ ਤਾਂ ਇਹ ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਆ ਸਟੇਟ ਲੈਵਲ ਦੇ ਲੀਡਰ ਨੇ ਸੈਕਟਰੀ ਨੇ ਪਰ ਇਹਨਾਂ ਦਾ ਧਿਆਨ ਸਿਆਸਤ ਦੇ ਨਾਲੋਂ ਜਿਹੜਾ ਉਹ ਸਮਾਜ ਦੇ ਕੰਮਾਂ ਵੱਲ ਵਧੇਰੇ ਰਹਿੰਦਾ ਬੜੀ ਗਹਿਰਾਈ ਨਾਲ ਇਹਨਾਂ ਵਿਸ਼ਿਆਂ ਨੂੰ ਸਮਝਦੇ ਨੇ ਔਰ ਅਸੀਂ ਇਹਨਾਂ ਨਾਲੇ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਇਹਨਾਂ ਦਾ ਹੁਣ ਤੱਕ ਦਾ ਤਜਰਬਾ ਕੀ ਹੈ ਇਹਨਾਂ ਨੇ ਕਿਹੜੀਆਂ ਕਿਹੜੀਆਂ ਘਾਲਾਂ ਕਾਲੀਆਂ ਨੇ ਸੇਕਪਾਂਥਰੇ ਪੰਜਾਬ ਦੇ ਵਾਸਤੇ ਉਹ ਵੀ ਸਾਡੇ ਸਾਹਮਣੇ ਹੋਣਗੀਆਂ ਤੇ ਨਾਲ ਦੇ ਨਾਲ ਇਹ ਕਿਸ ਨਜ਼ਰੀਏ ਨਾਲ ਦੇਖਦੇ ਨੇ ਜਿਹੜੇ ਜਰਾਕਾਲ ਸਾਹਿਬ ਦੇ ਬਿਆਨ ਨੂੰ ਇਹ ਕਿਵੇਂ ਲੈਂਦੇ ਨੇ ਔਰ ਉਹਦੇ ਮੱਦੇਨਜ਼ਰ ਹੋਰ ਕਿਹੜੇ-ਕਿਹੜੇ ਵੱਡੇ ਖੁਲਾਸੇ ਹੋਣ ਜਾ ਰਹੇ ਨੇ ਤੋ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਇਸ ਪੇਜ ਨੂੰ ਕਰ ਲਓ ਲਾਈਕ ਸਾਡੇ ਵੀਡੀਓ ਨੂੰ ਲਾਈਕ ਕਰਕੇ ਨਾਲ ਕਮੈਂਟ ਵੀ ਕਰਨਾ ਤੇ ਇਹਨੂੰ ਸ਼ੇਅਰ ਕਰਨਾ ਬਿਲਕੁਲ ਨਹੀਂ ਭੁੱਲਣਾ ਅੱਜ ਦੀ ਜਿਹੜੀ ਗੱਲਬਾਤ ਹੈ ਬਿਲਕੁਲ ਖਾਸ ਰਹਿਣ ਵਾਲੀ ਹੈ ਔਰ ਅਸੀਂ ਕਹਿੰਦੇ ਅਸੀਂ ਕੰਨ ਖੋਲਣ ਵਾਲੀ ਹੋਏਗੀ ਕੰਨਾਂ 'ਚ ਧੂਆਂ ਕੱਢਦੇ ਹੈ ਕਿ ਇੱਕ ਵਾਰੀ ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਸਾਨੂੰ ਪਤਾ ਲੱਗੇਗਾ ਕਿ ਹਕੀਕਤ ਸਾਡੀ ਕੀ ਹੈ ਅਸੀਂ ਕਿਹੜੇ ਸੁਪਨਿਆਂ ਦੀ ਦੁਨੀਆ 'ਚ ਜਿਹੜੇ ਗਵਾਚੇ ਫਿਰਦੇ ਆ ਤੋ ਸਭ ਤੋਂ ਪਹਿਲਾਂ ਆਓ ਆਪਾਂ ਸਵਾਗਤ ਕਰ ਲਈਏ ਸਰਾਂ ਸਾਹਿਬ ਤੁਹਾਡਾ ਐਚਐਸਐਨ ਤੇ ਹਾਰਦਿਕ ਸਵਾਗਤ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਮੈਂ ਐਚਐਸਐਨ ਟੀਵੀ ਦਾ ਆਪ ਜੀ ਦੇ ਵਰਗੇ ਸੱਜਣਾ ਦਾ ਜਿਨ੍ਹਾਂ ਨੇ ਸਮਾ ਦੇ ਕੇ ਜਲੰਧਰ ਤੋਂ ਆਏ ਹੋ ਔਰ ਇਹ ਜਿਹੜਾ ਇੱਕ ਕਨਵਰਸ਼ਨ ਦਾ ਤਖੇਰ ਧੋਖੇ ਨਾਲ ਜੋ ਕਨਵਰਸ਼ਨ ਹੋ ਰਹੀ ਹੈ ਤਰਨ ਪਰਵਰਤਨ ਹੋ ਰਿਹਾ ਉਸ ਇਸ਼ੂ ਨੂੰ ਤੁਸੀਂ ਚੱਕੇ ਮੈਂ ਇਹ ਕਾਲਪੁਰਖ ਦੀ ਇੱਕ ਤੁਹਾਡੇ ਤੇ ਅਪਾਰ ਕਿਰਪਾ ਕਹੂੰਗਾ ਕਿ ਤੁਸੀਂ ਇਸ ਇਸ਼ੂ ਨੂੰ ਨਹੀਂ ਤਾਂ ਸਾਡਾ ਸਿੱਖ ਸਮਾਜ ਇਹਨਾਂ ਸੁੱਤਾ ਹੋਇਆ ਸੀ ਔਰ ਸ਼ਾਇਦ ਅਸਾਈ ਮਿਸ਼ਨਰੀਆਂ ਦੇ ਜਦ ਲੋਭ ਦੇ ਵਿੱਚ ਸੀ ਉਹਨਾਂ ਤੋਂ ਡਰਿਆ ਹੋਇਆ ਸੀ ਕਿ ਹਜੇ ਅੰਗਰੇਜ਼ ਬੇਸ਼ੱਕ ਸਾਡੇ ਦੇਸ਼ ਤੋਂ ਚਲੇ ਗਏ ਪਰ ਉਹਨਾਂ ਦਾ ਹਜੇ ਡਰ ਨਹੀਂ ਗਿਆ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਨਗਰ ਦੇ ਵਿੱਚ ਆ ਕੇ ਇਸ ਵਿਸ਼ੇ ਦੇ ਉੱਤੇ ਮੇਰੇ ਨਾਲ ਚਰਚਾ ਕਰ ਰਹੇ ਹੋ ਇਹ ਮੇਰਾ ਇਕੱਲੇ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਪੂਰੇ ਸਿੱਖ ਸਮਾਜ ਦਾ ਪੂਰੇ ਹਿੰਦੁਸਤਾਨ ਦਾ ਇਸ ਟਾਈਮ ਵਿਸ਼ਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਆ ਕਿ ਇੰਨੇ ਕਾਲਣਾ ਇੰਨੇ ਬਲੀਦਾਨ ਤੋਂ ਜੋ ਦੇ ਕੇ ਜੋ ਅਸੀਂ ਸਿੱਖੀ ਦਾ ਬੂਟਾ ਸਾਡੇ ਗੁਰੂ ਸਾਹਿਬ ਲਾ ਕੇ ਗਏ ਸੀ ਤੇ ਇਹ ਸਿੱਖੀ ਦਾ ਬੂਟਾ ਅੱਜ ਮਰ ਜਾ ਰਿਹਾ ਤੇ ਇਹ ਇੱਕ ਦਿਨ ਪੇੜ ਸੁੱਕੇਗਾ ਵੀ ਬਹੁਤ ਬਹੁਤ ਧੰਨਵਾਦ ਹੈ ਬਿਲਕੁਲ ਜੀ ਬਿਲਕੁਲ ਬੜੀ ਤੁਸੀਂ ਕੰਮ ਦੀ ਗੱਲ ਕਹੀ ਹੈ ਕਿ ਕੱਲਾ ਇੱਕ ਪੰਜਾਬ ਹੀ ਨਹੀਂ ਸਿੱਖ ਧਰਮਪੰਥ ਨੂੰ ਹੀ ਨਹੀਂ ਸਮੁੱਚੇ ਹਿੰਦੁਸਤਾਨ ਦੇ ਜਿਹੜੇ ਧਰਮਪੰਥ ਨੇ ਉਹਦਾ ਜਿਹੜਾ ਸਾਂਝੀ ਵਾਲਤਾ ਦਾ ਹਰਿਆ ਭਰਿਆ ਬੂਟਾ ਜਿਹੜਾ ਉਹ ਉਹਨੂੰ ਉਧੀਆਂ ਜੜਾਂ ਦੇ ਵਿੱਚ ਤੇਲ ਦੇਣ ਵਾਲੀ ਜਿਵੇਂ ਆਪਾਂ ਗੱਲ ਕਹਦੇ ਨੇ ਸਰਾਂ ਸਾਹਿਬ ਉਹ ਜਿਹੜੀ ਕੀਤੀ ਜਾ ਰਹੀ ਹੈ ਕਨਵਰਸ਼ਨ ਕਰਕੇ ਤੋਂ ਇਹਦੇ ਉੱਤੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਤੁਸੀਂ ਹੁਣ ਕਿਵੇਂ ਦੇਖਦੇ ਆ ਅੱਜ ਬੜੀ ਦੇਰ ਬਾਅਦ ਸਮਝ ਲੋ ਇੱਕ ਤੀਕੇ ਦਾ ਬਿਆਨ ਆਇਆ ਪਰ ਤੁਸੀਂ ਇਹਨੂੰ ਕਿਵੇਂ ਦੇਖਦੇ ਆ ਇਹਦੇ ਨਾਲ ਕਿੰਨਾ ਕੁ ਜਿਹੜਾ ਉਹ ਅਸਰ ਸਮਾਜ ਵਿੱਚ ਪਵੇਗਾ ਮੈਂ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਧਰਮ ਪਰਿਵਰਤਨ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਦੀ ਮੰਗ ਕੀਤੀ ਆ ਔਰ ਉਹਨਾਂ ਨੇ ਜਿਹੜੀ 150 ਟੀਮ ਬਣਾ ਕੇ ਘਰ-ਘਰ ਦੇ ਵਿੱਚ ਸਿੱਖੀ ਦੀ ਹਲਕ ਜਗਾਉਣ ਦੀ ਆਪਣੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ ਹੈ ਮੈਂ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦਾ ਔਰ देर ਬਾਅਦ ਚੁੱਕਿਆ ਹੋਇਆ ਕਦਮ ਕਹਿਣਾ ਕਿਉਂਕਿ ਮੈਨੂੰ 25 ਸਾਲ ਹੋ ਗਏ ਇਸ ਇਸ਼ੂ ਦੇ ਉੱਤੇ ਲੜਦੇ ਪਏ ਨੂੰ ਇਕੱਲੇ ਨੂੰ ਘਰ-ਘਰ ਗਿਆ ਪਿੰਡ-ਪਿੰਡ ਗਿਆ ਔਰ ਕਿੰਨੀਆਂ ਪਿੰਡਾਂ ਦੇ ਵਿੱਚ ਚਰਚਾ ਬਣੀ ਹੈ ਮੇਰੇ ਕੋਲ ਉਹਦਾ ਇੱਕ-ਇੱਕ ਬਿਉਰਾ ਹੈ ਮੈਂ ਉਸ ਸਮੇਂ ਦੇ ਜਥੇਦਾਰ ਗੁਰਚਾਰ ਗੁਰਚਾਰ ਸਿੰਘ ਜੀ ਟੋੜਾ ਸਿਮਰਜੀਤ ਸਿੰਘ ਜੀ ਮਾਨ ਬਲਜੀਤ ਸਿੰਘ ਜੀ ਦਾਦੂ ਆ ਕੋਈ ਐਸਾ ਸੰਤ ਨਹੀਂ ਆ ਜਿਨ੍ਹਾਂ ਅੱਗੇ ਮੈਂ ਫਰਿਆਦ ਨਹੀਂ ਕੀਤੀ ਹੱਥ ਨਹੀਂ ਜੋੜੇ ਕਿ ਇਹ ਬਹੁਤ ਵੱਡਾ ਇੱਕ ਸਾਡੇ ਨਾਲ ਧੋਖਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਸਿੱਖੀ ਨੂੰ ਢਾਹ ਲੱਗ ਰਹੀ ਆ ਔਰ ਸਿੱਖੀ ਨੂੰ ਖਤਮ ਕੀਤਾ ਜਾ ਰਿਹਾ ਕਿਉਂਕਿ ਅਸੀਂ ਮੁਗਲਾਂ ਦੇ ਜੋ ਅਤਿਆਚਾਰ ਦੇਖੇ ਸੀਗੇ ਉਹ ਸਾਡਾ ਸਿਰ ਕੱਟਦੇ ਸੀ ਲੇਕਿਨ ਜਿਹੜੀ ਇਸਾਈਅਤ ਆ ਇਹ ਇਸਾਈ ਮਿਸ਼ਨਰੀਆਂ ਸਾਡੀਆਂ ਜੜ੍ਹਾਂ ਕੱਟਦੀ ਆ ਔਰ ਪੇੜ ਉੱਪਰੋਂ ਹਰਾ ਲੱਗੇਗਾ ਲੇਕਿਨ ਨੀਚੇ ਜੜਾਂ ਜਦੋਂ ਉਹਦੀਆਂ ਕੱਟੀਆਂ ਗਈਆਂ ਇੱਕਦਮ ਪੇੜ ਸੁੱਕੇਗਾ ਦੁਬਾਰਾ ਹਰਾ ਨਹੀਂ ਹੋਵੇਗਾ ਇਹਦੀ ਉਦਾਹਰਣ ਮਹਾਰਾਜਾ ਰਣਜੀਤ ਸਿੰਘ ਦਾ ਵੰਸ਼ਾ ਜੋ ਉਹਨਾਂ ਦਾ ਕਿਤੇ ਨਾਮ ਨਮੂਜ ਨਹੀਂ ਕਿਉਂਕਿ ਉਹਨਾਂ ਦੇ ਬੇਟੇ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਸਭ ਤੋਂ ਪਹਿਲਾਂ ਅਸਾਈ ਬਣਾਇਆ ਗਿਆ ਸੀਗਾ ਮਹਾਰਾਣੀ ਜਿੰਦਾ ਜੀ ਜੋ ਕਿ ਪਿਤਾ ਪੁੱਤਰ ਦੇ ਵਿਰਾਗ ਦੇ ਵਿੱਚ ਅੰਦੇ ਹੋ ਗਏ ਸੀਗੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਹਨੂੰ ਕਿਸ ਤਿੱਕੇ ਨਾਲ ਅੰਗਰੇਜ਼ਾਂ ਅਸਾਈਆਂ ਨੇ ਨਿਰਵਸਤਰ ਕਰਕੇ ਇਥੋਂ ਭੇਜਿਆ ਸੀਗਾ ਭਜਾਇਆ ਸੀਗਾ ਔਰ ਕਿਸੇ ਸਾਡੇ ਰਾਜੇ ਨੇ ਸ਼ਰਨ ਦਿੱਤੀ ਸੀ ਅੰਗਰੇਜ਼ਾਂ ਤੋਂ ਡਰਦੇ ਨੇ ਉਹ ਨੇਪਾਲ ਦੇ ਇੱਕ ਪਿੰਡ ਹੈ ਸਿੱਖਪੁਰਾ ਅੱਜ ਵੀ ਉੱਥੇ ਸਿੱਖ ਸਜਦੇ ਨੇ ਉੱਥੋਂ ਨੇਪਾਲ नरेश ਨੇ ਉਹਨਾਂ ਨੂੰ ਸ਼ਰਨ ਦਿੱਤੀ ਸੀ ਔਰ ਅੱਜ ਵੀ ਉਹ ਸਾਡਾ ਪਿੰਡ ਬਰਾਸਤ ਦੀ ਵਿੱਚ ਉੱਥੇ ਵਸਿਆ ਹੋਇਆ ਹੈ ਤਾਂ ਉਹਨਾਂ ਨੂੰ ਜਦੋਂ ਮਲਾਇਆ ਗਿਆ ਤਾਂ ਉਹਨਾਂ ਜੋ ਸਿਰ ਤੇ ਹੱਥ ਫੇਰੇ ਮਹਾਰਾਜਾ ਦਲੀਪ ਦੇ ਤਾਂ ਉਹਨਾਂ ਦੇ ਵਾਲ ਨਹੀਂ ਸਨ ਕੇਸ ਨਹੀਂ ਸਨ ਕੇਸ ਕਤਲ ਕਰਾ ਦਿੱਤੇ ਸੀ ਅੰਗਰੇਜ਼ਾਂ ਨੇ ਤਾਂ ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਮੇਰਾ ਇਹ ਬੇਟਾ ਨਹੀਂ ਹੋ ਸਕਦਾ ਇਹ ਨੇ ਸਿੱਖੀ ਤਿਆਗ ਦਿੱਤੀ ਹੈ ਤਾਂ ਮੇਰਾ ਕਹਿਣ ਦਾ ਭਾਵ ਕਿ ਇਹ ਸਾਡੀਆਂ ਜੜ੍ਹਾਂ ਤੇ ਅਟੈਕ ਕਰਦੇ ਆ ਸਾਡੀ ਸੰਸਕ੍ਰਿਤੀ ਸਾਡੇ ਸੰਗੀਤ ਤੇ ਅਟੈਕ ਕਰਦੇ ਆ ਕਿਉਂਕਿ ਇਸ ਦਾ ਇੱਕੋ ਇੱਕ ਬਹੁਤ ਵੱਡਾ ਉਦਾਹਰਣ ਹੈ ਕਿ ਜਦੋਂ ਪੌਪ ਜਿਹੜਾ ਹੈਗਾ ਇਟਲੀ ਦਾ ਵੈਂਟੇ ਕਨ ਸਿਟੀ ਦਾ 1999 ਦੇ ਵਿੱਚ ਹਿੰਦੁਸਤਾਨ ਆਇਆ ਔਰ ਖਾਸ ਤੌਰ ਤੇ ਉਹਨੇ ਇੱਕੋ ਗੱਲ ਕਹਿ ਕੇ ਗਈ ਸੀ ਕਿ ਅਸੀਂ ਜਿਹੜੀ ਆਉਣ ਵਾਲੀ ਸਦੀ ਹੈ 21ਵੀਂ ਸਦੀ ਆ ਇਹਦੇ ਚ ਅਸੀਂ ਨੇ ਭਾਰਤ ਦੀ ਕਨਵਰਸ਼ਨ ਕਰਾਂਗੇ ਇਸ ਨੂੰ ਜੀਸਸ ਦਾ ਨਾਮ ਦੇਵਾਂਗੇ ਇਸ ਨੂੰ ਅਸੀਂ ਇਸਾਈਅਤ ਨਾਲ ਜੋੜਾਂਗੇ ਤਾਂ ਉਹ ਇੱਕ ਸਾਨੂੰ ਚੈਲੰਜ ਦੇ ਕੇ ਗਏ ਸੀ ਪਰ ਅਸੀਂ ਉਹਦੇ ਮਗਰ ਹੀ ਹੋਲੇ ਕਿ ਅਸੀਂ ਖੁਦ ਇੱਕ ਭੋਗ ਬਲਾਸ ਪਦਾਰਥਾਂ ਦੇ ਉਹਨਾਂ ਦੇ ਵਿੱਚ ਆ ਕੇ ਆਪਣੀ ਸਿੱਖੀ ਨੂੰ ਜਿਹਨੂੰ ਇੰਨਾ ਅਸੀਂ ਬਲੀਦਾਨ ਦੇ ਕੇ ਖੂਨ ਦੇ ਕੇ ਅਸੀਂ ਸਿਰਜਿਆ ਸੀਗਾ ਜਿਹੜਾ ਗੁਰੂ ਸਾਹਿਬ ਦਾ ਪੂਰਾ ਸੁਪਨਾ ਸੀਗਾ ਕਿ ਪੂਰੇ ਹਿੰਦੁਸਤਾਨ ਨੂੰ ਸਿੱਖੀ ਦਾ ਜਗਤ ਬਣਾਉਣਾ ਹੈ ਕਿਉਂਕਿ ਸਕਲ ਜਗਤ ਮੇ ਖਾਲਸਾ ਪੰਥ ਗਾਜੀ ਇਹ ਉਹਨਾਂ ਦਾ ਸੁਪਨਾ ਸੀ ਤੇ ਅਸੀਂ ਤਾਂ ਪੰਜਾਬ ਦੇ ਵਿੱਚੋਂ ਵੀ ਸਿੱਖੀ ਖਤਮ ਕਰ ਰਹੇ ਹਾਂ ਤਾਂ ਮੈਨੂੰ ਜਿਹੜੀ ਸਿੱਖਿਆ ਦੀ ਅਧਿਖਸ਼ਾ ਜਿਹੜੀ ਪ੍ਰੇਰਣਾ ਮਿਲੀ ਸੀ ਉਹ ਜਰਨਲ ਮੋਹਨ ਸਿੰਘ ਜੀ ਜਿਹੜੇ ਆਜ਼ਾਦੀ ਘੁਲਾਟੀਆਂ ਹੋਈ ਆ ਉਹਨਾਂ ਦੀ ਪ੍ਰੇਰਣਾ ਮਿਲੀ ਸੀ ਕਿ ਅੰਗਰੇਜ਼ ਕਿਸ ਤਰੀਕੇ ਨਾਲ ਦੁਬਾਰਾ ਫੇਰ ਆਉਣਗੇ ਤੇ ਇਹਨਾਂ ਨੇ ਕਿੰਨੀ ਵੱਡੀ ਇੱਕ ਪਲਾਨਿੰਗ ਕੀਤੀ ਹੋਈ ਆ ਕਨਵਰਸ਼ਨ ਕਰ ਲਈ ਉਹ ਸਾਰਾ ਦੱਸ ਦਿਓ ਔਰ ਉਸ ਮੁਤਾਬਕ ਹੀ ਹੋ ਰਿਹਾ ਮੈਂ ਪਿਛਲੇ 25 ਸਾਲਾਂ ਤੋਂ ਜੋ ਘਾਲ ਉਹ ਅਕਾਲ ਤਖਬ ਦਾ ਦੇ ਜਥੇਦਾਰ ਦਾ ਮੈਂ ਧੰਨਵਾਦ ਹੈ ਕਿ ਉਹਨਾਂ ਨੇ ਮੇਰੀ ਉਹ ਪ੍ਰੇਰਣਾ ਜਿਹੜੀ ਮੈਂ ਸੁਬਾ ਸ਼ਾਮ ਅਰਦਾਸ ਕਰਦਾ ਸੀ ਉਹ ਅਰਦਾਸ ਤੇ ਉਹਨਾਂ ਨੇ ਆਪਣਾ ਪੂਰਨਤਾ ਕੀਤੀ ਆ ਉਹਨੂੰ ਸਵੀਕਾਰ ਕੀਤਾ ਲਓ ਜੀ ਜਿਹੜੀਆਂ ਗੱਲਾਂ ਤੁਹਾਨੂੰ ਆਜ਼ਾਦੀ ਕੋਲਾਟੀਆਂ ਨੇ ਦੱਸੀਆਂ ਸੀ ਜਿਹੜੀਆਂ ਗੱਲਾਂ ਦੇ ਉੱਤੇ ਅੱਜ ਤੱਕ ਤੁਸੀਂ ਚਿੰਤਾ ਕਰਦੇ ਆ ਰਹੇ ਸੀ ਲੱਗਦਾ ਸੀ ਸਮਾਜ ਵਿੱਚ ਕਿਤੇ ਨਾ ਕਿਤੇ ਸਾਡੇ ਪ੍ਰਚਾਰਕਾਂ 'ਚ ਖੜੋਤ ਆ ਗਈ ਹੈ ਲੱਗਦਾ ਕਿ ਜਹੇਦਾਰ ਅਕਾਲਤਾ ਸਾਭ ਦੇ ਬਿਆਨ ਨਾਲ ਉਹ ਖਰੋਤ ਜਿਹੜੀ ਆ ਉਹ ਕੁਝ ਟੁੱਟਣ ਦੇ ਅਸਾਰ ਬਣ ਰਹੇ ਨੇ ਤੇ ਮੈਨੂੰ ਲੱਗਦਾ ਅਸੀਂ ਵੀ ਆਪਣੀ ਖਰੋਤ ਤੋੜਦੇ ਹੋਏ ਥੋੜਾ ਜਿਹਾ ਆਪਾਂ ਅੱਗੇ ਵਧਦੇ ਆਣ ਨਾਲੇ ਪਾਰਕ ਦੇ ਵਿੱਚ ਅਸੀਂ ਸੈਰ ਕਰਦੇ ਦੇ ਨਾਲੇ ਅੱਗੇ ਵਧਦੇ ਹੋਏ ਆਪਾਂ ਗੱਲਬਾਤ ਦਾ ਦੌਰ ਜਿਹੜਾ ਜਾਰੀ ਰੱਖਾਂਗੇ ਤੇ ਤੁਸੀਂ ਹੁਣ ਸੁਖਪਾਲ ਜੀ ਥੋੜਾ ਜਿਹਾ ਤੁਸੀਂ 25 ਸਾਲ ਤੋਂ ਜ਼ਿਕਰ ਕੀਤਾ ਕਿ 25 ਸਾਲ ਤੋਂ ਆਪਾਂ ਲੱਗੇ ਆ ਇਸ ਇਤਰ ਚ ਥੋੜਾ ਜਿਹਾ ਆਪਣੀ ਜਿਹੜੀਆਂ ਕਾਰਗੁਜ਼ਾਰੀਆਂ ਨੇ ਉਹ ਸਾਡੇ ਐਚਐਸਐਨ ਦੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਤਾਂ ਕਿ ਪਤਾ ਲੱਗੇ ਕਿ ਹੁਣ ਤੱਕ ਜਿਹੜੇ ਆ ਤੁਸੀਂ ਕਿਸ ਕਿਸ ਤਰੀਕੇ ਨਾਲ ਜੜੀ ਇਹ ਕਨਵਰਸ਼ਨ ਦੇ ਖਿਲਾਫ ਜਾਂ ਲੋਕਾਂ ਨੂੰ ਕਿਵੇਂ ਜਾਗਰੂਕ ਕਰਦਾ ਜਿਹੜੇ-ਜਿਹੜੇ ਮੰਚ ਤੋਂ ਕੀ-ਕੀ ਕਰਦੇ ਨੇ ਉਹ ਥੋੜੀ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਚਲਦੇ-ਚਲਦੇ ਆਪਾਂ ਦਈਏ ਮੈਂ ਜਦੋਂ ਇਸ ਤਰ੍ਹਾਂ ਦਾ ਸਾਡੇ ਪਿੰਡ ਦੇ ਵਿੱਚ ਆਏ ਇਹ 1990 ਦੇ ਵਿੱਚ ਜਦੋਂ ਕਿ ਉਦੋਂ ਸਿੱਖ ਪੰਥ ਜਿਹੜੀ ਮੂਵਮੈਂਟ ਲਹਿਰ ਸੀ ਬੜੀ ਜੋਰਾਂ ਤੇ ਸੀ ਪਰ ਉਦੋਂ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਮੈਂ ਉਦੋਂ ਕਾਫੀ ਜਥੇਬੰਦੀਆਂ ਨਾਲ ਹੋਰਾਂ ਨਾਲ ਗੱਲ ਕਰਨੀ ਸਿੰਘ ਸਭਾ ਨਾਲ ਗੱਲ ਕਰੀ ਵੀ ਯਾਰ ਇਹ ਗਲਤ ਹੋ ਰਿਹਾ ਇਹ ਸਾਡੇ ਗੁਰੂਆਂ ਬਾਰੇ ਬੜਾ અપਮਾਨਜਨਕ ਸ਼ਬਦ ਬੋਲਦੇ ਆ ਕਹਿੰਦੇ ਨਹੀਂ ਨਹੀਂ ਇਹ ਬਹਿਮ ਹੈ ਹੋਰ ਹੈ ਮੈਂ ਕਈ ਐਸੇ ਸੰਤਾਂ ਮਹਾਪੁਰਸ਼ਾਂ ਨੂੰ ਜਿਹੜੇ ਬੜੇ ਕਥਾ ਬਾਚ ਕਰਨ ਉਹਨਾਂ ਨੂੰ ਮਿਲਿਆ ਨਹੀਂ ਯਾਰ ਕਹਿੰਦੇ ਅਸੀਂ ਨਹੀਂ ਬੋਲ ਸਕਦੇ ਸਾਨੂੰ ਬਾਹਰੋਂ ਵੀਜ਼ਾ ਨਹੀਂ ਮਿਲਣਾ ਸਾਨੂੰ ਡਾਲਰ ਨਹੀਂ ਮਿਲਣੇ ਇਵਨ ਬੜੇ ਵੱਡੇ ਵੱਡੇ ਉਹਨਾਂ ਦੇ 50 50000 ਇੱਕ ਇੱਕ ਲੱਖ ਬੰਦਾ ਸੋ ਦੇ ਜਿਹੜੀ ਸੰਗਤਾਂ ਉਹਨਾਂ ਨੂੰ ਸੁਣਨ ਆਉਂਦੀਆਂ ਪਰ ਉਹਨਾਂ ਨੇ ਕਿਤੇ ਅੱਜ ਤੱਕ ਇਸ ਸसाईयत ਦੇ ਖਿਲਾਫ ਧਰਮ ਪਰਵਰਤਨ ਦੇ ਖਿਲਾਫ ਕੋਈ ਆਵਾਜ਼ ਜਿਦਾਂ ਕਿਤੇ ਧਰਮ ਦੇ ਨਾਲੋਂ ਜਿਹੜਾ ਉਹਨਾਂ ਦੇ ਨਿੱਜੀ ਹਿੱਤ ਜਿਹੜੇ ਆ ਜਿਹੜੇ ਪ੍ਰਚਾਰਕ ਸਾਡੇ ਆ ਉਹਨਾਂ ਦੇ ਭਾਰੂ ਪੰਦੇ ਨਜ਼ਰ ਆਉਂਦਾ ਰਿਹਾ ਤੁਹਾਨੂੰ ਭਾਰੂ ਰਹੇ ਜੀ 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 ਅੱਛਾ ਫਿਰ ਇਹਦੇ ਵਿੱਚ ਤੁਸੀਂ ਆਪਣੇ ਤੌਰ ਤੇ ਫਿਰ ਕਿਹੜੇ ਐਫਰਟ ਸ਼ੁਰੂ ਕੀਤੇ ਕਿਸ ਤਰ੍ਹਾਂ ਕਾਰਵਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਮੈਂ 1997 ਦੇ ਵਿੱਚ ਆ ਕੇ ਫਿਰ ਮੈਂ ਰਾਸ਼ਟਰੀ ਸੇਮਸਿਕ ਆਰਐਸਐਸ ਦੇ ਕੁਝ ਬੰਦੇ ਇਸ ਤਰ੍ਹਾਂ ਦੇ ਜਗਤਾਰਚ ਸਿੰਘ ਜੀ ਢਲੋਂ ਸੀਗੇ ਸਾਡੇ ਇੱਥੇ ਬਠਿੰਡੇ ਥਰਮਲ ਦੇ ਵਿੱਚ ਸਰਵਿਸ ਕਰਦੇ ਐਨਐਫਐਲ ਦੇ ਵਿੱਚ ਸੌਰੀ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਯਾਰ ਵੀ ਤਾਂ ਆਰਐਸਐਸ ਹੀ ਇਕੱਲਾ ਲੱਗਿਆ ਹੋਇਆ ਸਿੱਖ ਜਥੇਬੰਦੀਆਂ ਤਾਂ ਬਿਲਕੁਲ ਹੀ ਇਸ ਦੇ ਵਿੱਚ ਧਿਆਨ ਹੀ ਨਹੀਂ ਹੈ ਕਿਉਂਕਿ ਉਹ ਜਿਹੜਾ ਸਮਾਂ ਸੀਗਾ ਉਹ ਇੱਕ Hindu ਸਿੱਖ ਨੂੰ ਇੰਨਾ ਉਹਨੇ ਨਫ਼ਰਤ ਪੈਦਾ ਕਰਨ ਵਾਲਾ ਸੀਗਾ ਕਿ ਜੋ Hindu ਕਰਦੇ ਸਿੱਖ ਨਹੀਂ ਕਰਦੇ ਉਹ ਸਿੱਖ ਕਰਦੇ ਸੀ ਉਹ Hindu ਨਹੀਂ ਕਰਦੇ ਸੀ ਤੇ ਇਸਾਈਤ ਦੀ ਪਹਿਲੀ ਗੇਮ ਹੀ ਏ ਸੀ Hindu ਸਿੱਖ ਨੂੰ ਪਾੜਨਾ ਤਾਂ ਫਿਰ ਅਸੀਂ ਜੋ ਸ਼ੁਰੂਆਤ ਕੀਤੀ ਪਿੰਡਾਂ ਦੇ ਵਿੱਚ ਜਾਣਾ ਗੁਰੂ ਕੀਤਾ ਪਿੰਡਾਂ ਦੇ ਵਿੱਚੋਂ ਅਸੀਂ ਇਕੱਠਾ ਕੀਤਾ ਕਿਹੜੇ ਕਿਹੜੇ ਪਿੰਡਾਂ 'ਚ ਚਰਚਾ ਬਣ ਰਹੀ ਹੈ ਤਾਂ ਸਭ ਤੋਂ ਪਹਿਲਾਂ ਮੈਨੂੰ ਵੱਡਾ ਕੇਂਦਰ ਸਾਡੇ ਮੈਂ ਬਠਿੰਡਾ ਦੇ ਦਿਉਣਪਿੰਡ ਦੇ ਵਿੱਚ ਨਜ਼ਰ ਆਇਆ ਸਭ ਤੋਂ ਪਹਿਲੀ ਚਰਚ ਜਿਹੜੀ ਦਿਉਣਪਿੰਡ ਦੇ ਵਿੱਚ ਬਣੀ ਸੀ ਔਰ ਉੱਥੇ ਕਾਫੀ ਪਿੰਡ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਇਸਾਈ ਬਣਿਆ ਸੀ ਕਿਉਂਕਿ ਉੱਥੋਂ ਦਾ ਇੱਕ ਕੈਨੇਡਾ ਦੇ ਵਿੱਚ ਸਾਡਾ ਐਮ ਐਲ ਏ ਆ ਉਹ ਮੈਨੂੰ ਨਹੀਂ ਪਤਾ ਕਿ ਉਹ ਕਨਵਰਸ਼ਨ ਹੋਈ ਹੋਇਆ ਉਸ ਦੀ ਜਾਂ ਕਿਸ ਤਰ੍ਹਾਂ ਦੀ ਹੈ ਸਿੱਖ ਸਮਾਜ ਦਾ ਲੇਕਿਨ ਉਹ ਬਹੁਤ ਜ਼ਿਆਦਾ ਫੰਡਿੰਗ ਕਰਦਾ ਸੀ ਤਾਂ ਉਹ ਫੰਡਿੰਗ ਦੇ ਉੱਤੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਸਾਈਆਂ ਨੂੰ ਫੰਡਿੰਗ ਹੋ ਰਹੀ ਹੈ ਅਸੀਂ ਉਹਦੇ ਨਾਲ ਸੰਪਰਕ ਕੀਤਾ ਲੇਕਿਨ ਕੋਈ ਸਾਨੂੰ ਸਫਲਤਾ ਨਹੀਂ ਮਿਲੀ ਫਿਰ ਅਸੀਂ ਆਪਣੇ ਤੌਰ ਤੇ ਹੀ ਮੈਂ ਆਰਐਸਐਸ ਦੇ ਨਾਲ ਜੁੜ ਕੇ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰਿਤ ਕੀਤਾ ਵੀ ਆਹ ਹੋ ਰਿਹਾ ਤੇ ਪਿੰਡਾਂ ਦੇ ਵਿੱਚੋਂ ਸਾਨੂੰ ਨੌਜਵਾਨਾਂ ਤੋਂ ਬਹੁਤ ਵੱਡਾ ਹੰਗਾਰਾ ਮਿਲਿਆ ਅਸੀਂ ਜਿਵੇਂ ਅੱਜ ਸਤਕਾਰ ਸਭਾ ਹੈ ਸਤਕਾਰ ਕਮੇਟੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਜਿਸ ਤਰ੍ਹਾਂ ਕੋਈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਅੱਗੇ ਆਉਂਦੀ ਆ ਇਸੇ ਤਰ੍ਹਾਂ ਮੇਰੇ ਨਾਲ ਨੌਜਵਾਨ ਲੱਗੇ ਅਸੀਂ ਅੱਗੇ ਆਏ ਤਾਂ ਸਭ ਤੋਂ ਪਹਿਲਾਂ ਸਾਡੇ ਇੱਥੇ ਰਾਮਪੁਰਾ ਵਿਖੇ ਦੁਸ਼ਹਿਰੇ ਵਾਲੇ ਦਿਨ ਭਗਵਾਨ ਸ਼੍ਰੀ ਰਾਮ ਜੀ ਦਾ ਔਰ ਹਨੂਮਾਨ ਜੀ ਦੇ ਪੁਤਲੇ ਬਣਾ ਕੇ ਉਹ ਜਲਾਏ ਗਏ ਅਸਾਈਆਂ ਵੱਲੋਂ ਅੱਛਾ ਜੀ ਉਹ ਅਸਾਈ ਕੌਣ ਸੀਗੇ ਸਾਡੇ ਹੀ ਭਰਾ ਸਾਡੇ ਹੀ ਸਮਾਜ ਦੇ ਜਿਹਨਾਂ ਨੂੰ ਕਨਵਰਟ ਕਰ ਦਿੱਤਾ ਗਿਆ ਮੈਂ ਇਥੇ ਇੱਕ ਗੱਲ ਬੜੀ ਦੁਹਰਾਉਣਾ ਹੈ ਕਿ ਇਹਨਾਂ ਦੀ ਪਹਿਲੀ ਨਿਸ਼ਾਨੀ ਹੈ ਕਿ ਉੱਥੋਂ ਦੇ ਮੂਲ ਨਿਵਾਸੀਆਂ ਨੂੰ ਹੀ ਉਹਦੇ ਧਰਮ ਦੇ ਖਿਲਾਫ ਕਰਕੇ ਉਹਨਾਂ ਤੋਂ ਹੀ ਹਮਲਾ ਕਰਾਉਂਦੇ ਆਪ ਅੰਗਰੇਜ਼ ਨਹੀਂ ਚੱਲ ਕੇ ਆਉਂਦੇ ਜਿਸ ਤਰ੍ਹਾਂ ਜਨਰਲ ਡਾਇਰ ਨੇ ਜੱਲਿਆਂ ਵਾਲੇ ਬਾਗ ਦੇ ਵਿੱਚ ਕੀਤਾ ਸੀਗਾ ਕਾਂਡ ਕਿ ਸਾਡੇ ਹੀ ਸਿੱਖ ਸੈਨਿਕਾਂ ਤੋਂ ਜਾਂ ਹਿੰਦੂ ਸੈਨਿਕ ਲਾ ਲੋ ਭਾਰਤੀ ਸੈਨਿਕਾਂ ਤੋਂ ਆਪਣੇ ਭਾਰਤੀਆਂ ਉੱਤੇ ਹੀ ਹਮਲਾ ਕਰਾਇਆ ਲੇਕਿਨ ਕਿਸੇ ਇੱਕ ਸੈਨਿਕ ਨੇ ਵਾਪਸ ਗੋਲੀ ਜਰਨਲ ਡਾਇਰ ਵੱਲ ਨਹੀਂ ਚਲਾਈ ਤੇ 21 ਸਾਲਾਂ ਬਾਅਦ ਜਾ ਕੇ ਮਹਾਨ ਸ਼ਹੀਦ ਜਰਨੈਲ ਉਧਮ ਸਿੰਘ ਜੀ ਨੇ ਬਦਲਾ ਲਿਆ ਸੀਗਾ ਤੇ ਸਾਡੇ ਹੀ ਲੋਕਾਂ ਤੋਂ ਕਰਾਉਂਦੇ ਆ ਤਾਂ ਅਸੀਂ ਉਹਦਾ ਫਿਰ ਉੱਥੇ ਵਿਰੋਧ ਹੋਇਆ ਰਾਮਪੁਰੇ ਦੇ ਵਿਖੇ ਅਸੀਂ ਪਰਚਾ ਦਰਜ ਕਰਾਇਆ ਉਸ ਤੋਂ ਬਾਅਦ ਰਾਮਪੁਰੇ ਸਲਾਬਤਪੁਰਾ ਵਿਖੇ ਸਭ ਤੋਂ ਪਹਿਲੇ ਜਿਹੜੀ ਘਟਨਾ ਹੋਈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁਟਕਾ ਹੈ ਜਪਜੀ ਸਾਹਿਬ ਦਾ ਉਹਦੀ ਬੇਅਦਬੀ ਹੋਈ ਲੇਕਿਨ ਅਸੀਂ ਮੈਂ ਉੱਥੇ ਰੌਲਾ ਪਾਇਆ ਕਿਸੇ ਨੇ ਮੇਰੀ ਗੱਲ ਆਵਾਜ਼ ਨਾ ਸੁਣੀ ਨਹੀਂ ਨਹੀਂ ਇਹ ਤਾਂ ਮੈਨੂੰ ਲੱਗਦਾ ਉਸ ਤੋਂ ਬਾਅਦ ਫਿਰ ਸਾਡੇ ਇੱਥੇ ਬਠਿੰਡਾ ਦੇ ਨਾਲ ਹੀ ਪਿੰਡ ਹੈ ਬੀਬੀ ਵਾਲਾ ਪਿੰਡ ਇੱਥੇ ਸੁਖਨੀ ਸਾਹਿਬ ਦੇ ਗੁਟਕੇ ਜਲਾਈ ਗਈ ਅੱਛਾ ਤਾਂ ਅਸੀਂ ਉੱਥੇ ਜਦੋਂ ਵਿਰੋਧ ਕੀਤਾ ਤਾਂ ਕੁਝ ਸਿੱਖ ਜਥੇਬੰਦੀਆਂ ਔਰ ਖਾਸ ਤੌਰ ਤੇ ਮੈਂ ਨਾਂ ਲੈਣ ਤੋਂ ਗਰੇਜ ਨਹੀਂ ਕਰੂੰਗਾ ਸਿਮਰਜੀਤ ਸਿੰਘ ਜੀ ਮਾਨ ਉਹ ਉਹ ਤੇ ਸਾਈਆਂ ਦੇ ਹੱਕ ਦੇ ਵਿੱਚ ਆਏ ਤਾਂ ਬੀਬੀ ਵਾਲਾ ਪਿੰਡ ਦੇ ਵਿੱਚ ਉਹਨਾਂ ਸਾਡੇ ਸਿੱਖ ਸਮਾਜ ਦੇ ਪਿੰਡ ਵਾਲੇ ਲੋਕਾਂ ਨੇ ਵਿਰੋਧ ਕੀਤਾ ਕਿ ਯਾਰ ਵੀ ਇਹ ਜਿਹੜੇ ਬਜਰੰਗਦਲ ਵਾਲੇ ਆ ਆਰਐਸਐਸ ਵਾਲੇ ਆ ਇਹ ਤਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਕਣ ਵਾਸਤੇ ਆਏ ਆ ਤੁਸੀਂ ਇਹਨਾਂ ਦੇ ਵਿਰੋਧ ਕਰ ਰਹੇ ਹੋ ਤੁਸੀਂ ਸਾਈਆਂ ਦਾ ਸਹਿਯੋਗ ਕਰ ਰਹੇ ਹੋ ਤਾਂ ਗੁਰਦੁਆਰੇ 'ਚ ਵਿਰੋਧ ਕਰਨ ਤੋਂ ਸਿਮਰਜੀਤ ਸਿੰਘ ਮਾਨਰ ਤੇ ਹੋਰ ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਆਈਆਂ ਸੀਗੀਆਂ ਜਥੇਬੰਦੀਆਂ ਸਿੱਖ ਜਿਹੜਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਫਿਰ ਅਸੀਂ ਪਰਚਾ ਦਰਜ ਕਰਾਇਆ ਜੀ ਤਾਂ ਪੁਲਿਸ ਦੇ ਉੱਤੇ ਉਹਨਾਂ ਦਾ ਪ੍ਰੈਸ਼ਰ ਸੀ ਸਾਡੇ ਕਹਿਣ ਤੇ ਪਰਚਾ ਦਰਜ ਨਹੀਂ ਹੋਇਆ ਲੇਕਿਨ ਸਿੱਖ ਜਥੇਬੰਦੀਆਂ ਦੇ ਪਰਚਾ ਦਰਜ ਹੋਇਆ ਉਹ ਪਰਚੇ ਦਾ ਕੁਝ ਨਹੀਂ ਹੋਇਆ ਉਹ ਪਰਚਾ ਉਸੇ ਤਰੀਕੇ ਨਾਲ ਥੋੜੀ ਦੇਰਾਂ ਬਾਅਦ ਕੈਨਸਲ ਹੋ ਗਿਆ ਫਿਰ ਉਸ ਤੋਂ ਕੋਈ 2 1/2 ਸਾਲ ਬਾਅਦ ਅਗਲਾ ਪਿੰਡ ਬੀਬੀ ਵਾਲਾ ਤੋਂ ਗੋਬਿੰਦਪੁਰਾ ਪਿੰਡ ਹੈ ਜੀ ਤਾਂ ਉੱਥੋਂ ਸਾਨੂੰ ਸੁਨੇਹਾ ਆਇਆ ਪਿੰਡਾਂ ਦੇ ਵਿੱਚ ਮੈਸੇਜ ਆਣ ਲੱਗੇ ਜੀ ਕਿ ਹੋਰ ਕੋਈ ਨਹੀਂ ਰੋਕਦਾ ਧਰਮ ਪਰिवर्तन ਨੂੰ ਸਿਰਫ ਜਿਹੜੇ ਹੈਗੇ ਆ ਬਜਰੰਗਦਾਲਾ ਵਾਲੇ ਉਹ ਰੋਕ ਰਹੇ ਆ ਆਰਐਸਐਸ ਵਾਲੇ ਤਾਂ ਸਾਨੂੰ ਉੱਥੋਂ ਸਰਜੀਤ ਸਿੰਘ ਮੈਂਬਰ ਪੰਚਾਇਤ ਸੀ ਕਿ ਉਸ ਸਮੇਂ 200 ਉਹਨਾਂ ਦਾ ਫੋਨ ਆਇਆ ਜੀ ਕਹਿੰਦੇ ਸਾਡੇ ਪਿੰਡ ਇੱਥੇ ਬੜੀ ਇਕਰਾਹ ਪ੍ਰਸ਼ਾਦ ਦੀ ਬੇਅਦਬੀ ਕਰ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੀ ਹੈ ਜੀ ਤਾਂ ਤੁਸੀਂ ਕਿਰਪਾ ਕਰਕੇ ਜਰੂਰ ਸਾਡੇ ਪਿੰਡ ਆਓ ਤੇ ਰੋਕੋ ਸਾਡਾ ਤਾਂ ਅੱਧਾ ਪਿੰਡ ਜਿਹੜਾ ਹੈਗਾ ਅਸਾਈ ਬਣ ਗਿਆ ਤਾਂ ਮੈਂ اچانک ਪਟਿਆਲੇ ਸੀਗਾ ਉਸ ਦਿਨ ਤਾਂ ਮੇਰੇ ਸਹਿਯੋਗੀ ਜੋ ਆਰਐਸਐਸ ਦੇ ਸੀਗੇ ਆਸ਼ੂਤੋਸ਼ ਤਿਵਾਰੀ ਜੋ ਬ੍ਰਾਹਮਣ ਪਰਿਵਾਰ ਚੋਂ ਹੈ ਅਸ਼ਵਨੀ ਸ਼ੁਕਲਾ ਜੀ ਜੋ ਮੰਦਰ ਦੇ ਪੁਜਾਰੀ ਹੈ ਔਰ ਇੱਕ ਰਜਿੰਦਰ ਕੁਮਾਰ ਰਾਜੂ ਦਬੇ ਜੀ ਜੋ ਉਸ ਸਮੇਂ ਸਟੇਸ਼ਨ ਮਾਸਟਰ ਸਨ ਔਰ ਬ੍ਰਾਹਮਣ ਪਰਿਵਾਰ ਚੋਂ ਸੋ ਗੁਜਰਾਤ ਤੋਂ ਸੀਗੇ ਮੈਨ ਤਿੰਨਾਂ ਦੀ ਔਰ ਆਪਣੇ ਬੇਟੇ ਨੂੰ ਲੈ ਕੇ ਉਹ ਚਾਰੇ ਜਾਣੇ ਗਵਿੰਦਪੁਰਾ ਪਿੰਡ ਗਏ ਤਾਂ ਉੱਥੇ ਉਹ ਪਾਸਟਰ ਜਿਹੜੇ ਸੀਗੇ 15 20 ਇਕੱਠੇ ਹੋਏ ਹੋਏ ਸੀਗੇ ਤਾਂ ਉੱਥੇ ਇੱਕ ਵਾਰ ਤਾਂ ਕੜਾ ਪ੍ਰਸ਼ਾਦੀ ਜਿਹੜੀ ਬੇਅਦਬੀ ਰੋਕ ਤੇ ਪੁਲਿਸ ਨੂੰ ਬੁਲਾਇਆ ਗਿਆ ਸੀ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਜਦੋਂ ਵਾਪਸ ਆ ਰਹੇ ਸੀ ਤਾਂ ਗਬੀਬੀ ਵਾਲਾ ਪਿੰਡ ਆ ਕੇ ਨਹਿਰ ਦੇ ਉੱਤੇ ਉਹਨਾਂ ਨੂੰ ਘੇਰ ਕੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਉਹਨੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਔਰ ਉਹਨਾਂ ਤੇ ਚਾਕੂਆਂ ਕ੍ਰਪਾਨਾਂ ਦਾ ਹਮਲਾ ਕੀਤਾ ਉਹ 6-6 ਮਹੀਨੇ ਹਸਪਤਾਲ ਦੇ ਵਿੱਚ ਦਾਖਲ ਰਹੇ ਲੇਕਿਨ ਵੱਡਾ ਵੱਡਾ ਖੁਲਾਸਾ ਜੀ ਤੁਸੀਂ ਦੱਸ ਰਹੇ ਕਿ 크ਿਸਚੀਅਨਾਂ ਨੇ ਸਾਡੇ ਉਹਨਾਂ ਬ੍ਰਾਹਮਣ ਪਰਿਵਾਰਾਂ ਦੇ ਉਹਨਾਂ ਬ੍ਰਾਹਮਣ ਵੀਰਾਂ ਤੇ ਅਟੈਕ ਕੀਤਾ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਔਰ ਕੜਾ ਪ੍ਰਚਾਰ ਜੀ ਜਿਹੜੀ ਆ ਉਹਦੀ ਵਿਆਹ ਦੀ ਰੋਕਣ ਵਾਸਤੇ ਗਏ ਸੀ ਹਾਂਜੀ ਠੀਕ ਹੈ ਜੀ ਔਰ ਦੇਖੋ ਇਹਦੇ ਚ ਗੱ ਹਾਲਾਂਕਿ ਸਾਡੇ ਸਿੱਖ ਭਾਈਚਾਰੇ 'ਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਆਰਐਸਐਸ ਜਿਹੀ ਹੈ ਉਹ ਸਮਾਜ ਵਿਰੋਧੀ ਸੰਗਠਨ ਆ ਉਹ ਖਾਸ ਕਰਕੇ ਸਿੱਖਾਂ ਦਾ ਵਿਰੋਧੀ ਸੰਗਠਨ ਆ ਉਹ ਸਿਰਫ ਇੱਕ ਖਾਸ ਵਰਗ ਜਾਂ ਫਿਰਕਾ ਵਿਸ਼ੇਸ਼ ਜਿਹੜਾ ਉਹਨੂੰ ਲੱਦਣ ਦੀ ਗੱਲ ਕਰਦੇ ਆ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਆ ਕਿ ਤੁਸੀਂ ਜਿਹੜੀ ਪਹਿਲੇ ਹੀ ਗੱਲ ਕੀਤੀ ਜਿੱਦਾਂ ਤੁਹਾਨੂੰ ਦਿੱਕਤ ਨਜ਼ਰ ਆਈ ਤੁਹਾਡੀ ਜਿਹੜੀ ਆਵਾਜ਼ ਉਹ ਕਿਸੇ ਆਰਐਸਐਸ ਨਾਲ ਜਿਹੜੇ ਜੁੜੇ ਹੋਏ ਸੀ ਲੋਕ ਉਹਨਾਂ ਨੇ ਸੁਣੀ ਉਹਨਾਂ ਨੇ ਇਹੀ ਤੁਹਾਡਾ ਸਾਥ ਦਿੱਤਾ ਔਰ ਸਿਮਰਨਜੀਤ ਸਿੰਘ ਮਾਨ ਦਾ ਕਿਰਦਾਰ ਜਿਹੜਾ ਹੁਣ ਤੁਹਾਡੇ ਸਾਹਮਣੇ ਆ ਰਿਹਾ ਕਿ ਉਹ ਤਾਂ ਉਲਟਾ ਉਧਰ ਤੁਰ ਪੈਂਦੇ ਆ ਤੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਆਰਐਸਐਸ ਦਾ ਇੱਕ ਨਵੀਂ ਚੀਜ਼ ਜਿਹੜੀ ਤੁਸੀਂ ਸਾਨੂੰ ਦੱਸੀ ਹੈ ਇਹ ਸਾਨੂੰ ਸਾਡੇ ਲੋਕਾਂ ਨੂੰ ਹਜਮ ਕਿਉਂ ਨਹੀਂ ਹੋ ਰਹੀ ਤੁਹਾਡੀ ਆਸੀਂ ਵਿਸ਼ਵਾਸ ਕਿਉਂ ਨਹੀਂ ਕਰ ਪਾ ਰਹੇ ਤੁਹਾਡੀ ਗੱਲ ਤੇ ਇਹ ਕੁਝ ਰਾਜਨੀਤਿਕ ਲੋਕਾਂ ਦਾ ਜਿਹੜਾ ਹੈਗਾ ਨਫਰਤ ਫਲਾਈ ਹੋਈ ਹੈ ਉਹਨਾਂ ਨੂੰ ਇਹ ਹੈ ਕਿ ਜੇ ਸੱਚ ਸਾਹਮਣੇ ਆ ਗਿਆ ਤਾਂ ਸ਼ਾਇਦ ਆਰਐਸਐਸ ਜਿਹੜੀ ਹੈਗੀ ਆ ਕਿਉਂਕਿ ਦੇਖੋ ਇੱਕ ਆਰਐਸਐਸ ਦੇ ਬਾਰੇ ਜਿੰਨਾ ਕਿ ਮੈਂ ਪੜਿਆ ਕਿ ਆਰਐਸਐਸ ਦੇ ਪਹਿਲਾਂ ਅੰਗਰੇਜ਼ ਖਿਲਾਫ ਹੁੰਦੇ ਸੀ ਅੱਜ ਸਾਡਾ ਸਿੱਖ ਸਮਾਜ ਖਿਲਾਫ ਹੈ ਤਾਂ ਹੁਣ ਇੱਥੋਂ ਇੱਕ ਸਾਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਕੀ ਅਸੀਂ ਅੰਗਰੇਜ਼ਾਂ ਦਾ ਪੱਖ ਨਹੀਂ ਪੂਰ ਰਹੇ ਅੰਗਰੇਜ਼ ਕਿਉਂ ਖਿਲਾਫ ਸੀਗੇ ਕਿਉਂਕਿ ਉਸ ਟਾਈਮੇ ਵੀ ਆਰਐਸਐਸ ਦੇ ਜਿਹੜੇ ਜਨ ਸੰਗ ਸੀਗਾ ਆਰਐਸਐਸ ਦੇ ਲੋਕ ਸੀਗੇ ਉਹ ਧਰਮ ਪਰिवर्तन ਦੇ ਖਿਲਾਫ ਸੀਗੇ ਵੀ ਧੋਖਾ ਔਰ ਧੱਕੇ ਨਾਲ ਜਿਹੜਾ ਧਰਮ ਪਰिवर्तन ਹੋ ਰਿਹਾ ਹੈ ਇਹ ਬਹੁਤ ਬੁਰੀ ਗੱਲ ਹੈ ਕਿਉਂਕਿ ਉਸ ਸਮੇਂ ਇਤਿਹਾਸ ਪੜ ਕੇ ਦੇਖਣ ਵਾਲੀ ਗੱਲ ਹੈ ਕਿ ਹਰਿਮੰਦਰ ਸਾਹਿਬ ਨੂੰ ਚਰਚ ਬਣਾਉਣ ਦੀ ਕੋਸ਼ਿਸ਼ ਹੋਈ ਜੀ ਮੈਂ ਆਪਣਾ ਜਿਹੜਾ ਸਾਡਾ ਸਿੱਖੀ ਦਾ ਧੁਰਾ ਹੈ ਅਨੰਦਪੁਰ ਸਾਹਿਬ ਉਸ ਨੂੰ ਪਹਿਲਾਂ ਹੁਕਮ ਜਾਰੀ ਕੀਤਾ ਗਿਆ ਕਿ ਇੱਥੇ ਜਿਹਨੇ ਮੱਥਾ ਟੇਕਣਾ ਹੋਣਾ ਪਹਿਲਾਂ ਚਰਚ ਦੇ ਵਿੱਚ ਮੱਥਾ ਟੇਕੇਗਾ ਤਾਂ ਸਭ ਤੋਂ ਪਹਿਲਾਂ ਉੱਥੇ 25 ਅੰਗਰੇਜ਼ਾਂ ਦਾ ईसाई ਪਾਦਰੀਆਂ ਦਾ ਕਤਲ ਹੋਇਆ ਔਰ ਨਿਹੰਗ ਸਿੰਘਾਂ ਨੇ ਉਸ ਦੇ ਵਿਰੁੱਧ ਬਾਜ ਉਠਾਈ ਤਾਂ ਇਸ ਕਰਕੇ ਉਸ ਸਮੇ ਸਾਰੇ ਹੀ ਜੰਗ ਸੰਗ ਨਾਲ ਜੁੜੇ ਹੋਏ ਸੀ ਦੇਸ਼ ਭਗਤੀ ਦਾ ਭਾਵ ਵੀ ਇੰਨਾ ਸੀਗਾ ਤਾਂ ਇਹ ਜਿਹੜਾ ਇਹ ਰੋਕਿਆ ਗਿਆ ਆਰਐਸਐਸ ਨੂੰ ਜਿੰਨਾ ਤੱਕ ਮੈਂ ਜਾਣਦਾ ਇਹ ਅਣਜਾਣੇ ਦੇ ਵਿੱਚ ਔਰ ਇੱਕ ਸਾਜਿਸ਼ ਦੇ ਤਾਏ ਤੇ ਜਾਂ ਕੁਛ ਸਵਾਰਥੀ ਲੋਕ ਜਿਨ੍ਹਾਂ ਨੂੰ ਆਪਣੀ ਰਾਜਨੀਤਿਕ ਜਮੀਨ ਖੁਸਦੀ ਜਦੋਂ ਨਜ਼ਰ ਆਉਂਦੀ ਆ ਤੋ ਸੱਚ ਦਾ ਆਖਰ ਸੱਚ ਹੈ ਸੱਚ ਤਾਂ ਸਾਹਮਣੇ ਆਵੇਗਾ ਹੀ ਅੱਜ ਨਹੀਂ ਤਾਂ ਕੱਲ ਤੇ ਆਰਐਸਐਸ ਕੋਈ ਚਾਹੁੰਦੀ ਨਹੀਂ ਇਸ ਤਰ੍ਹਾਂ ਕਿ ਸਾਨੂੰ ਹੀ ਹਰ ਚੀਜ਼ ਦੀ ਜ਼ਿੰਮੇਵਾਰੀ ਮਿਲੇ ਉਹ ਕਹਿੰਦੇ ਤੁਸੀਂ ਕਰੋ ਤੁਸੀਂ ਦੇਸ਼ ਦਾ ਧਰਮ ਦਾ ਕੰਮ ਕਰ ਰਹੇ ਹੋ ਆਪਣੇ ਆਪ ਹੀ ਆਰਐਸਐਸ ਦੇ ਮੈਂਬਰ ਹੋ ਜੇ ਤੁਸੀਂ ਦੇਸ਼ ਦੇ ਵਿਰੁੱਧ ਬੋਲ ਰਹੇ ਹੋ ਤੇ ਉਹਨੂੰ ਤੁਸੀਂ ਆਪਣੇ ਆਪ ਅੰਗਰੇਜ਼ਾਂ ਦਾ ਪੱਖ ਪੂਰ ਰਹੇ ਹੋ ਅੱਛਾ ਇਹਦੇ ਜਦੋਂ ਆਪਾਂ ਗੱਲ ਕਰਦੇ ਆਂ ਜੀ ਆਰਐਸਐਸ ਦੀ ਖਾਸ ਤੌਰ ਤੇ ਉਸ ਵੇਲੇ ਇਹ ਦੱਸਿਆ ਜਾਂਦਾ ਵੀ ਜਿਹੜੀ ਆਰਐਸਐਸ ਹੈ ਇਹ ਹਿੰਦੂਆਂ ਦਾ ਸੰਗਠਨ ਆ ਔਰ ਜਿਹੜੇ ਬਾਕੀ ਸਿੱਖ ਨੇ ਈਸਾਈ ਜੋੜ ਲਏ ਜਾਂਦੇ ਜਾਂ ਮੁਸਲਮਾਨ ਨੇ ਇਹ ਬਾਕੀ ਘੱਟ ਗਿਣਤੀਆਂ ਨੇ ਔਰ ਘੱਟ ਗਿਣਤੀਆਂ ਨੂੰ ਖਤਰਾ ਵੱਧ ਗਿਣਤੀਆਂ ਤੋਂ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਚਰਚਾ ਆ ਜਾਂ ਇਹ ਜਿਹੜੀ ਭਾਵਨਾ ਸਾਡੇ ਅੰਦਰ ਧਾਰਨਾ ਆ ਸਾਡੇ ਦੇਸ਼ ਅੰਦਰਾਮ ਹਰ ਵਿਅਕਤੀ ਦੇ ਅੰਦਰ ਖਾਸ ਤੌਰ ਤੇ ਪੰਜਾਬੀ ਚ ਬਹੁਤ ਭਾਰੂ ਆ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਧਾਰਨਾ ਕਿੰਨੀ ਕੁ ਸਹੀ ਆ ਕਿੰਨੇ ਕੁ ਠੀਕ ਬੈਠਦੀ ਉਹਦੇ ਤੁਸੀਂ ਕਿੰਨੇ ਕੁ ਸਹਿਮਤ ਬਿਲਕੁਲ ਇਹ ਧਾਰਨਾ ਜਿਹੜੀ ਹੈਗੀ ਆ ਇੱਕ ਮਨ ਦਾ ਬਹਿਮ ਔਰ ਇੱਕ ਜਿਹੜੀ ਅੰਗਰੇਜ਼ਾਂ ਦੀ ਲੋਬੀ ਆ ਮਾਰਕਸਿਸ ਜਿਹੜੇ ਕਾਮਨਿਸਟ ਲੋਬੀ ਆ ਜੀ ਉਹਨਾਂ ਦੀ ਪੈਦਾ ਕੀਤੀ ਹੋਈ ਹੈ ਇਹ ਨਹਿਰੂ ਦੇ ਸਾਰੇ ਜਿੰਨੇ ਫੰਡਿੰਗ ਵਾਲੀ ਸੀਗੇ ਲੋਕ ਹੈ ਉਹਨਾਂ ਨੇ ਪੈਦਾ ਕੀਤੀ ਹੋਈ ਹੈ ਵੀ ਜਦੋਂ ਕੋਈ ਆਪਣੀ ਮੂਲ ਨਾਲੋਂ ਟੁੱਟ ਗਿਆ ਕੋਈ ਆਪਣੀ ਸੰਸਕ੍ਰਿਤੀ ਨਾਲੋਂ ਟੁੱਟ ਗਿਆ ਉਹ ਆਪਣੇ ਆਪ ਹੀ ਉਹ ਅੰਗਰੇਜ਼ਾਂ ਦੇ ਚੁਗਲ ਦੇ ਵਿੱਚ ਸਾਈਆਂ ਦੇ ਚੁਗਲ ਦੇ ਵਿੱਚ ਫਸੇਗਾ ਇਹ ਉਹਨਾਂ ਦੀ ਪਲੈਨਿੰਗ ਸੀਗੀ ਕਿ ਪਹਿਲਾਂ ਉਹਨਾਂ ਦੀ ਸਿੱਖਿਆ ਦੇ ਉੱਤੇ ਫਿਰ ਉਹਨਾਂ ਦੀ ਵਿਦਿਸ਼ਾ ਦੇ ਉੱਤੇ ਅਟੈਕ ਕੀਤਾ ਜਾਵੇ ਔਰ ਉਸ ਪਤਾਵੇ ਕੋ ਉਹਨਾਂ ਨੇ ਕੀਤਾ ਹੈ ਸਾਰਾ ਔਰ ਆਰਐਸਐਸ ਨੂੰ ਤਾਂ ਇੱਕ ਏਜੰਡਾ ਬਣਾਇਆ ਗਿਆ ਆਰਐਸਐਸ ਦਾ ਕੋਈ ਐਸਾ ਸੇਮ ਸੇਵ ਕੋਈ ਜਾਂ ਐਸਾ ਵਰਕਰ ਹੋਵੇ ਜਿਹੜਾ ਕਿਸੇ ਦਾ ਸਲਾਮ ਦੇ ਜਾਂ ਕਿਸ 크ਰਿਸਚਨ ਨੂੰ ਕਹਿੰਦਾ ਹੋਵੇ ਕਿ ਤੂੰ ਜੇ ਅਗਰ ਸਲਾਮ ਨਹੀਂ ਛੱਡਿਆ ਜੇ ਤੂੰ ਅਗਰ ਇਸਾਈ ਨਹੀਂ ਛੱਡਿਆ ਤਾਂ ਤੈਨੂੰ ਕਤਲ ਕੀਤਾ ਜਾਵੇਗਾ ਲੇਕਿਨ ਦੂਸਰੇ ਪਾਸੇ ਮੁਗਲਾਂ ਦਾ ਤਾਂ ਅਸੀਂ ਸਭ ਨੇ ਪੜਿਆ ਕਿ ਕਿੰਨੇ ਐਸੇ ਕਾਜੀ ਹੋਏ ਆ ਜਿਨ੍ਹਾਂ ਨੇ ਕਿਹਾ ਕਿ ਇਸਲਾਮ ਕਬੂਲ ਕਰਨੀ ਕਤਲ ਕਰੋ ਅੱਜ ਸਾਡੇ ਅਸੀਂ ਬੜੇ ਗਰਭ ਦੇ ਨਾਲ ਸੈਂਟ ਜੇਵੀਅਰ ਸੈਂਟ ਜੋਸਫ ਸਕੂਲਾਂ 'ਚ ਆਪਣੇ ਬੱਚੇ ਪੜਾ ਰਹੇ ਆ ਉਹਦਾ ਕਿਤੇ ਸੈਂਟ ਜੇਵੀਅਰ ਦਾ ਕਿਤੇ ਸੈਂਟ ਜੋਸਫ ਦਾ ਇਤਿਹਾਸ ਪੜਿਆ Goa ਜਾ ਕੇ ਦੇਖੋ ਉਥੇ ਇੱਕ ਚੌਕ ਬਣਿਆ ਹੱਥ ਕਤਰ ਕੇ ਸੈਂਡ ਜੇਵੀਅਰ ਨੇ ਕਿਸ ਤਰੀਕੇ ਨਾਲ ਹੱਤ ਕੱਟੇ ਸੀਗੇ ਕਿ ਤੁਸੀਂ ਜਦੋਂ ਅਸਾਈ ਨਹੀਂ ਬਣ ਰਹੇ ਸੀ ਔਰ ਅਸਾਈਆਂ ਦਾ ਇਤਿਹਾਸ ਪੜੋ ਕਿ ਕਿੰਨੀ ਇਹਨਾਂ ਨੇ ਕਤਲੇਆਮ ਕੀਤਾ ਹੋਇਆ ਔਰ ਲੇਕਿਨ ਬਦਨਾਮ ਇਹ ਹਿੰਦੁਸਤਾਨ ਦੇ ਐਸੇ ਸੰਤਾ ਮਹਾਪੁਰਸ਼ਾਂ ਨੂੰ ਕਰਦੇ ਆ ਕਿਤੇ ਉਹਨਾਂ ਤੇ ਚਰਿੱਤਰ ਦਾ ਦੋਸ਼ ਲਾਉਂਦੇ ਆ ਕਿਤੇ ਉਹਨਾਂ ਦੇ ਉੱਤੇ ਕਟ ਗਿਣਤੀਆਂ ਨੂੰ ਖਤਰਾ ਹੋਵੇ ਉਸ ਦਾ ਕਹਿੰਦੇ ਤੁਸੀਂ ਸਾਡੇ ਘਰ ਆ ਕੇ ਸਾਡੇ ਭੈਣ ਭਰਾਵਾਂ ਦਾ અપਮਾਨ ਕਰੋ ਸਾਡੀ ਦੇਵੀ ਦੇਵਤਾ ਸਾਡੇ ਗੁਰੂਆਂ ਦਾ અપਮਾਨ ਕਰੋ ਔਰ ਜੇ ਉਸ ਦੇ ਖਿਲਾਫ ਕੋਈ ਬੋਲੇ ਜਾਂ ਉਹਦੇ ਕੋਈ ਵਿਰੁੱਧ ਬੋਲੇ ਕਿ ਮਾੜੀ ਗੱਲ ਹੈ ਤਾਂ ਤੁਸੀਂ ਇਹ ਉਸ ਨੂੰ ਪਾਪ ਕਹੋਗੇ ਜਾਂ ਮਾੜੀ ਗੱਲ ਕਹੋਗੇ ਮੈਂ ਤਾਂ ਕਹਿੰਦਾ ਵੀ ਆਰਐਸਐਸ ਨੇ ਸ਼ੁਕਰ ਹੈ ਕਿ ਉਹਨਾਂ ਨੇ ਇਹ ਇੱਕ ਵੀੜਾ ਉਠਾਇਆ ਹੈ ਉਹਦਾ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਇਹ ਸੰਸਥਾ ਬਣਾਈ ਉਸੇ ਔਖੇ ਸਮਿਆਂ ਦੇ ਵਿੱਚ ਆਪਣਾ ਸਾਰਾ ਘਰ-ਬਾਰ ਛੱਡ ਕੇ ਲੇਕਿਨ ਇਹ ਜਿਹੜਾ ਟੋਟਲ ਇਹਨਾਂ ਦਾ ਇੱਕ ਪ੍ਰੋਪੋਗੈਂਡਾ ਹੈ ਕਿ ਇਹਨਾਂ ਦਾ ਕਿਸੇ ਤਰੀਕੇ ਨਾਲ ਅਸਾਈਆਂ ਦਾ ਜਿਹੜਾ ਪ੍ਰਚਾਰ ਤੇ ਵਪਾਰ ਉਹ ਵਧੇ ਫੁੱਲੇ ਔਰ ਦੇਸ਼ ਦੇ ਉੱਤੇ ਉਹ ਦੁਬਾਰਾ ਜਿਹੜਾ ਉਹਨਾਂ ਨੇ ਸਾਰੇ ਜਾਣਦੇ ਆ ਕਿ 1990, 1990 90 ਸਾਲਾਂ ਦੇ ਲਈ ਇਹਨਾਂ ਨੇ ਲੀਜ਼ ਤੇ ਦਿੱਤਾ ਹੋਇਆ ਔਰ ਉਹਨਾਂ ਨੇ 90 ਸਾਲਾਂ ਤੱਕ ਇਸ ਦੇਸ਼ ਦੀ ਕਨਵਰਸ਼ਨ ਕਰਨੀ ਸੀ ਉਸ ਤੇ ਉਹ ਲੱਗੇ ਹੋਏ ਨੇ ਕਿ ਉਹਨਾਂ ਦਾ ਸਭ ਤੋਂ ਵੱਡਾ ਰੋੜਾ ਜਿਹੜਾ ਉਹਨਾਂ ਦੇ ਵਿੱਚ ਇਹ ਆਰਐਸਐਸ ਹੈ ਤੇ ਉਹ ਆਰਐਸਐਸ ਦੇ ਲੋਕਾਂ ਨੂੰ ਪਰਮਤ ਕਰ ਰਹੇ ਹਾਂ ਹਾਂ ਬਿਲਕੁਲ ਜੀ ਜੇ ਅਗਰ ਸੁਖਪਾਲ ਸਿੰਘ ਸਰਾਹ ਹੋਣ ਦੀ ਗੱਲ ਮੰਨੀ ਹੈ ਤਾਂ ਸਾਫ਼-ਸਾਫ਼ ਜਿਹੜਾ ਇਹਨਾਂ ਦਾ ਕਹਿਣਾ ਇਹੀ ਨਜ਼ਰ ਆ ਰਿਹਾ ਕਿ ਆਰਐਸਐਸ ਜਿਹੜੀ ਹੈ ਉਹ ਭਾਰਤੀ ਸੰਸਕ੍ਰਿਤੀ ਭਾਰਤੀ ਸਭਿਆਚਾਰ ਦੀ ਜਿਹੜੀ ਉਹ ਨੁਮੈਂਦਾ ਹੈ ਭਾਰਤੀ ਜਿਹੜੇ ਧਰਮ ਪੰਥ ਨੇ ਉਹਨਾਂ ਦਾ ਕਿਸੇ ਨਾਲ ਵੀ ਦੁਨੀਆ ਦੇ ਉੱਤੇ ਵਿਰੋਧ ਨਹੀਂ ਹੁੰਦਾ ਵਿਰੋਧ ਸਰਵਿਸ ਗੱਲ ਦਾ ਕਿ ਜਿਹੜੇ ਸਾਨੂੰ ਧੱਕੇ ਨਾਲ ਧੋਖੇ ਨਾਲ ਲਾਲਚ ਨਾਲ ਜਾਂ ਵਹਿਮਾਂ ਭਰਮਾਂ ਚ ਪਾ ਕੇ ਕਨਵਰਟ ਜਿਹੜੇ ਲੋਕ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜਾ ਆਵਾਜ਼ ਉਠਾਣਾ ਜਿਵੇਂ ਗੁਰੂ ਇਤਿਹਾਸ ਦੀ ਜਿਹੜੀ ਆ ਉਹ ਘਟਨਾਵਾਂ ਸਾਡੇ ਸਾਹਮਣੇ ਨੇ ਗੁਰੂ ਮਾਰੇ ਨੇ ਕਿਸੇ ਦਾ ਧਰਮ ਜਾਂ ਫਿਰਕੇ ਦਾ ਵਿਰੋਧ ਨਹੀਂ ਕੀਤਾ ਬਲਕਿ ਉਹਨਾਂ ਨੇ ਆਪਣੀ ਸੰਸਕ੍ਰਿਤੀ ਉੱਤੇ ਜਿਹੜਾ ਅਟੈਕ ਹੋਣ ਵਾਲੇ ਸੀ ਉਹਨਾਂ ਦਾ ਵਿਰੋਧ ਕੀਤਾ ਆਪਣੀ ਜਾਨ ਦੇ ਕੇ ਵੀ ਜਿਹੜੀ ਉਹਨਾਂ ਨੇ ਲੋਕਾਂ ਦੇ ਵਿੱਚ ਜਾਗਰਤੀ ਜਿਹੜੀ ਲਿਆਂਦੀ ਹੈ ਔਰ ਆਰਐਸਐਸ ਵੀ ਕਿਤੇ ਨਾ ਕਿਤੇ ਉਸੇ ਚੀਜ਼ ਤੋਂ ਪ੍ਰੇਰਿਤ ਹੋ ਕੇ ਜਿਹੜੀ ਆ ਉਹ ਸਮਾਜ ਦਾ ਕੰਮ ਕਰਨ ਲੱਗੀ ਹੋਈ ਹੈ ਔਰ ਇਹ ਜਿਹੜੀ ਗੱਲ ਇਹ ਦਾਵਾ ਕੀਤਾ ਜਾ ਰਿਹਾ ਇਹ ਸਾਡੀ ਹੁਣ ਤੱਕ ਦੀ ਜਿਹੜੀ ਪੰਜਾਬ 'ਚ ਸਾਡੀ ਧਾਰਨਾ ਹੈ ਹਾਂ ਇਹ ਉਸ ਤੋਂ ਕੁਝ ਨਾ ਕੁਝ ਜਿਹੜੀ ਥੋੜੀ ਅਲੱਗ ਗੱਲ ਜਿਹੜੀ ਹੈ ਉਹ ਜਾਪਦੀ ਨਵੀਂ ਗੱਲ ਆਈ ਹੈ ਔਰ ਇਹਨਾਂ ਤੇ ਵਿਸ਼ਵਾਸ ਥੋੜਾ ਇਸ ਕਰਕੇ ਕਰਨਾ ਬਣਦਾ ਕਿ ਕਿਉਂਕਿ 25 ਸਾਲ ਤੋਂ ਇਹਨਾਂ ਨੇ ਦੱਸਿਆ ਕਿ ਵਕ ਵਕ ਥਾਵਾ ਦੇ ਉੱਤੇ ਜਾ ਕੇ ਇਹ ਕਨਵਰਸ਼ਨ ਨੂੰ ਰੋਕਣ ਦਾ ਕੰਮ ਕਰਦੇ ਆ ਔਰ ਉਸ ਕਨਵਰਸ਼ਨ ਤੇ ਜਿਹਦੇ ਉਤੇ ਹੁਣ ਤੱਕ ਸਿੱਖ ਪੰਥ ਦਾ ਜਿਹੜਾ ਸਾਡਾ ਵਤੀਰਾ ਸੀਗਾ ਉਹ ਉਸ ਤਰੀਕੇ ਦਾ ਨਹੀਂ ਸੀ ਜਿੱਦਾਂ ਦਾ ਹੋਣਾ ਚਾਹੀਦਾ ਔਰ ਆਖਰ ਨੂੰ ਅੱਜ ਜਸਰ ਅਕਾਲ ਤਖਤ ਸਾਹਿਬ ਨੇ ਅਗਰ ਬਿਆਨ ਦਿੱਤਾ ਹੈ ਤੇ ਇਹਦਾ ਮਤਲਬ ਅੱਜ ਉਹ ਸਮੱਸਿਆ ਜਿਹਨੂੰ ਬਹੁਤ ਦੇਰ ਪਹਿਲਾਂ ਸੁਖਵਾਲ ਸਿੰਘ ਸਰਾਹ ਵਰਗਿਆਂ ਨੇ ਮਹਿਸੂਸ ਕਰ ਲਿਆ ਸੀ ਕਿ ਸਾਡੇ ਸਮਾਜ ਲਈ ਚੁਣੌਤੀ ਹੈ ਅੱਜ ਉਹ ਸਾਨੂੰ ਆਮ ਸਿੱਖਾਂ ਨੂੰ ਵੀ ਸਾਨੂੰ ਅਮਰਤਾਰੀ ਸਿੰਘਾਂ ਨੂੰ ਵੀ ਇਸ ਗੱਲ ਦੀ ਜਿਹੜੀ ਸਮਝ ਆਣੀ ਸ਼ੁਰੂ ਹੋ ਗਈ ਹੈ ਔਰ ਜਿਹੜੇ ਮੂਲ ਸਾਡੀ ਜਿਹੜੀ ਧਾਰਾ ਆ ਸਿੱਖ ਪੰਥ ਅਕਾਲ ਤਖਤ ਸਾਹਿਬ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਨੇ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਅੱਜ ਸਮਝ ਜਿਹੜੀ ਆ ਉਹ ਆ ਰਹੀ ਹੈ ਕਿ ਹਾਂ ਸੱਚਮੁੱਚ ਸਾਡੇ ਦੇਸ਼ ਦੇ ਵਿੱਚ ਸਾਡੀ ਜਿਹੜੀ ਚੁਣੌਤੀ ਹੈ ਉਹ ਅਸਲ ਚੁਣੌਤੀ ਕੀ ਹੈ ਔਰ ਅਸੀਂ ਇਹਦਾ ਮੁਕਾਬਲਾ ਕਰਨ ਬਾਅਦ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਅਗੇ ਆ ਚੁੱਕੀ ਹੈ ਤੋਂ ਬੜੇ ਵਧੀਆ ਇਹਨਾਂ ਨੇ ਸਾਡੇ ਨਾਲ ਹੁਣ ਤੱਕ ਖੁਲਾਸੇ ਕੀਤੇ ਨੇ ਤੋਂ ਅਗਲੀ ਗੱਲਬਾਤ ਫੇਰ ਇਹਨਾਂ ਨਾਲ ਕੋਈ ਗੱਲਬਾਤ ਲੈ ਕੇ ਅਸੀਂ ਕਿਸੇ ਵਿਸ਼ੇ ਤੇ ਫੇਰ ਗੱਲ ਆਵਾਂਗੇ ਕਿਉਂਕਿ ਇਹਨਾਂ ਦਾ ਕੋਲ ਤਾਂ ਭੰਡਾਰ ਹੈ ਸਮੁੰਦਰ ਹੈ ਗਿਆਨ ਦਾ ਕਿਉਂਕਿ 25 ਸਾਲ ਜਿਸ ਬੰਦੇ ਨੇ ਲੰਬਾ ਤਜਰਬਾ ਕੀਤਾ ਹੋਵੇ ਔਰ ਖਾਸ ਤੌਰ ਤੇ ਇਹਨਾਂ ਵਿਸ਼ਿਆਂ ਨੂੰ ਲੈ ਕੇ ਸਮਾਜਦਿਆਂ ਨੂੰ ਜਿਹੜਾ ਵਿਅਕਤੀ ਚੱਲਿਆ ਹੋਵੇ ਜਿਹਦੇ ਵਾਸਤੇ ਸਿਆਸਤ ਨਾਲੋਂ ਪਹਿਲਾਂ ਆਪਣਾ ਸਮਾਜ ਹੋਵੇ ਆਪਣਾ ਧਰਮ ਹੋਵੇ ਉਸ ਬੰਦੇ ਦੇ ਕੋਲ ਬੋਲਣ ਲਈ ਤਜਰਬੇ ਲਈ ਬਹੁਤ ਕੁਛ ਆ ਔਰ ਇਹਨਾਂ ਦੇ ਕੋਲੋਂ ਅਸੀਂ ਸਮੇਂ-ਸਮੇਂ ਤੇ ਜਿਹੜੀਆਂ ਉਹ ਜਾਣਕਾਰੀਆਂ ਵੀ ਲੈਂਦੇ ਰਵਾਂਗੇ ਤੇ ਸੁਖਵਾਲਜੀ ਕੋਈ ਐਸੀ ਗੱਲ ਜਿਹੜੀ ਕਿ ਤੁਸੀਂ ਬਹੁਤ ਕੋਈ ਦਿਲ ਦੀ ਗੱਲ ਕਹਿਣੀ ਚਾਹੋ ਵੀ ਮੈਨੂੰ ਮੌਕਾ ਮਿਲੇ ਤਾਂ ਮੈਂ ਗੱਲ ਕਰਨੀ ਚਾਹਾਂਗਾ ਕਿਉਂਕਿ ਸਾਡੇ ਜਿਹੜੇ ਐਚਐਸਨ ਦੇ ਦਰਸ਼ਕ ਨੇ ਦੇਸ਼ ਵਿਦੇਸ਼ ਵਿੱਚ ਨੇ ਅਸੀਂ ਕੈਨੇਡਾ ਦੇ ਸਾਡੇ ਲੋਕ ਜਿਹੜੇ ਆ ਉਹ ਖਾਸਾ ਤੇ ਜਿਹੜੇ ਸਿੱਖੀ ਨਾਲ ਜੁੜੇ ਹੋਏ ਚਿੰਤਾਵਾਂ ਲੋਕ ਨੇ ਪੰਜਾਬ ਪ੍ਰਤੀ ਜਿਹੜੇ ਸਹਿਰਦ ਲੋਕ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਔਰ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਜਿਹੜੇ ਜਨਨੂ ਲੋਕੀ ਦੇਖਦੇ ਨੇ ਔਰ ਸਾਨੂੰ ਬਹੁਤ ਸਾਰਾ ਮਾਨਸਨਵਾਦ ਵੀ ਮਿਲਦਾ ਤੇ ਨਾਲ ਦੀ ਨਾਲ ਸਾਡੇ ਜਿਹੜਾ ਪ੍ਰਮੋਸ਼ਨ ਵੀ ਬੜੀ ਸਾਡੀ ਮਿਲ ਰਹੀ ਹੈ ਔਰ ਅਸੀਂ ਸਮਝਦੇ ਹਾਂ ਕਿ ਇਸ ਮੰਚ ਤੋਂ ਜਿਹੜੀ ਕੋਈ ਗੱਲ ਆ ਉਹ ਕੀਤੀ ਹੋਈ ਜਿਹੜੀ ਪੂਰੀ ਦੁਨੀਆ ਚ ਫੈਲਿਆ ਗਈ ਸਾਨੂੰ ਜਾਗਰੂਤੀ ਫਿਲਾਏਗੀ ਕੋਈ ਆਸੀ ਸਾਨੂੰ ਗੱਲ ਦੱਸੋ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋਗੇ ਮੈਂ ਸੰਪੂਰਨ ਸਿੱਖ ਸਮਾਜ ਨੂੰ ਸਿੱਖ ਸੰਤਾਂ ਨੂੰ ਔਰ ਸਾਡੀ ਨੌਜਵਾਨ ਪੀੜ੍ਹੀ ਜੋ ਹੱਜ ਪਤਿਤ ਹੋ ਰਹੀ ਆ ਸਿੱਖੀ ਤੋਂ ਦੂਰ ਹੋ ਰਹੀ ਆ ਇਹ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਆਰਐਸਐਸ ਤੇ ਐਸਆਈਐਸ ਸੰਸਥਾਾਂ ਤੇ ਦੋਸ਼ ਲਾ ਕੇ ਆਪਣੇ ਆਪ ਨੂੰ ਬਚਾ ਨਹੀਂ ਸਕਦੇ ਸਾਡਾ ਪਹਿਲਾ ਮੁਢਲਾ ਫਰਜ ਹੈ ਕਿ ਅਸੀਂ ਉਸ ਗੁਰੂ ਪਰੰਪਰਾ ਨੂੰ ਨਿਮਾਈਏ ਆਪਣੇ ਬੱਚਿਆਂ ਨੂੰ ਜੇ ਅਸੀਂ ਕੇਸ਼ਧਾਰੀ ਨਹੀਂ ਬਣਾ ਸਕਦੇ ਤਾਂ ਘੱਟੋ-ਘੱਟ ਅਸੀਂ ਗੁਰੂ ਪਰੰਪਰਾਾਂ ਦੀਆਂ ਜਿਹੜੀਆਂ ਸਾਡੀਆਂ ਕਹਾਣੀਆਂ ਹਨ ਉਹ ਉਹਨਾਂ ਨੂੰ ਜਰੂਰ ਸੁਣਾਈਏ ਸਾਡੀ ਜਿਹੜੀ ਭਾਸ਼ਾ ਅਸੀਂ ਅੰਗਰੇਜ਼ੀ ਬੋਲਣ ਨੂੰ ਇਹ ਸਮਝਦੇ ਹਾਂ ਸ਼ਾਇਦ ਵੀ ਜੀ ਅੰਗਰੇਜ਼ੀ ਬੋਲਣ ਕਿਤੇ ਅਸੀਂ ਪੜੇ ਲਿਖੇ ਲੱਗਦੇ ਹਾਂ ਆਪਣੀ ਮੂਲ ਭਾਸ਼ਾ ਦੇ ਵਿੱਚ ਜੋ ਸਾਡਾ ਸਤਕਾਰ ਹੈ ਜੋ ਅਸੀਂ ਹਾਸਲ ਕਰ ਸਕਦੇ ਹਾਂ ਉਹ ਆਪਣੀ ਮੂਲ ਭਾਸ਼ਾ ਦੇ ਨਾਲ ਆਪਣੇ ਬੱਚਿਆਂ ਨੂੰ ਜੋੜੀਏ ਘਰ ਦੇ ਵਿੱਚ ਜਿੱਥੇ ਅਸੀਂ ਹੋਰ ਡਿਸਕੋ ਸੰਗੀਤ ਲਾਉਂਦੇ ਆ ਜਾਂ ਹੋਰ ਇਸ ਤਰ੍ਹਾਂ ਲਾਉਂਦੇ ਉੱਥੇ ਗੁਰਬਾਣੀ ਦਾ ਪ੍ਰਵਾਹ ਹਮੇਸ਼ਾ ਘਰ ਦੇ ਵਿੱਚ ਚੱਲਦਾ ਰਹੇ ਤਾਂ ਜੋ ਨੰਗਦੇ ਟੱਪ ਦੇ ਸੁਣਦੇ ਪੈਂਦੇ ਕਦੇ ਨਾ ਕਦੇ ਜੋ ਗੁਰਬਾਣੀ ਦਾ ਸ਼ਬਦ ਸਾਡੇ ਕੰਨਾਂ ਪਵੇਗਾ ਤਾਂ ਪ੍ਰਵਿਰਤੀ ਕਿਤੇ ਨਾ ਕਿਤੇ ਗੁਰੂ ਇਤਿਹਾਸ ਵੱਲ ਗੁਰੂ ਬਲਾਸ ਵੱਲ ਆਵੇਗੀ ਇਹੀ ਅਸੀਂ ਅੱਜ ਉਪਰਾਲਾ ਕਰਨਾ ਚਾਹੁੰਦੇ ਆ ਕਿ ਸਾਨੂੰ ਸਿੱਖ ਦੇ ਨਾਲ-ਨਾਲ ਸਿੱਖੀ ਬਚਾਉਣੀ ਜ਼ਰੂਰੀ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ਅਸੀਂ ਬੇਨਤੀ ਕਰਦੀ ਆ ਆਪਣੇ ਦਰਸ਼ਕਾਂ ਨੂੰ ਕਿ ਇਸ ਇੰਟਰਵਿਊ ਜਿਹੜਾ ਅਸੀਂ ਉਪਰਾਲਾ ਕਰਨ ਜਾ ਰਹੇ ਆ ਇਹ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਆਪਣੇ ਧਰਮ ਪਰੰਪਰਾ ਉੱਤੇ ਅਡੇਗ ਰਹਿਣ ਵਾਸਤੇ ਜਿਹੜਾ ਦੁਬਾਰਾ ਤੋਂ ਜਿਹੜੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਜਿਹੜੀ ਹੈ ਵਿਚਾਰ ਫੈਲਾਉਣ ਦੀ ਜਰੂਰਤ ਹੈ ਅਸੀਂ ਉਹਦੇ ਵਾਸਤੇ ਉਪਰਾਲਾ ਕਰ ਰਹੇ ਹਾਂ ਇਹ ਆਪ ਜੀ ਦੇ ਰਾਹੇ ਹੀ ਇਹ ਉਪਰਾਲਾ ਜਨ ਜਨ ਤੱਕ ਪਹੁੰਚਣਾ ਇਸ ਕਰਕੇ ਆਪ ਜਿੱਥੇ ਵੀ ਉਹ ਦੇਸ਼ ਦੇ ਵਿਦੇਸ਼ ਦੇ ਜਿਹੜੇ ਵੀ ਕੋਨੇ ਵਿੱਚੋਂ ਉੱਥੋਂ ਆਪਣਾ ਫਰਜ਼ ਪਛਾਣਦੇ ਹੋਏ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਦੇ ਉੱਤੇ ਨੂੰ ਪੇਜ ਨੂੰ ਲਾਈਕ ਕਰੋ ਸਾਡੇ ਨੂੰ ਇਹਨੂੰ ਬਤ ਬਤ ਸ਼ੇਅਰ ਕਰੋ ਤੇ ਤੇ ਕਮੈਂਟ ਕਰਕੇ ਆਪਣੀ ਸਪੋਰਟ ਜੁਰ ਦੇਣੀ ਆਪਣੀ رائے ਜੁਰ ਦੇਣੀ ਇੱਥੇ ਮੈਂ ਗੱਲਬਾਤ ਖਤਮ ਕਰਦਾ ਹਾਂ ਮੇਰੇ ਨਾਲ ਕੈਮਰਾਮੈਨ ਅਮਰਜੀਤ ਸਿੰਘ ਲਵਲਾ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ